ਅੰਮ੍ਰਿਤਸਰ ਤੇ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਜੋ ਰਾਵੀ ਦੀ ਮਾਰੇ ਠਾਏ ਨੇ ਇੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਲਗਾਤਾਰ ਪਹੁੰਚ ਰਹੇ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਵਿਕਰਨ ਸਿੰਘ ਕਾਲੋਂ ਪਹੁੰਚੇ ਨੇ ਤਾਂ ਕਾਣੋ ਸਾਹਿਬ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਲੋਕਾਂ ਦਾ ਬਚਾਇਆ ਤੁਹਾਡੇ ਕੀ ਲੋਕਾਂ ਨਾਲ ਗੱਲਬਾਤ ਹੋਈ ਹੈ ਵੇਖੋ ਕੁਦਰਤ ਦੀ ਮਾਰ ਪਈ ਆ ਪਰ ਆਪਾਂ ਸਾਰਿਆਂ ਨੂੰ ਪਤਾ ਵਾ ਕਿ ਇਹ ਜਿਹੜਾ ਮੌਸਮ ਹੁੰਦਾ ਬਰਸਾਤ ਦਾ ਮੌਸਮ ਹੁੰਦਾ ਇਹਦੇ ਵਿੱਚ ਇਹੋ ਜੀਆਂ ਆਫਤਾਂ ਆਉਣੀਆਂ ਹੁੰਦੀਆਂ ਨੇ ਮੈਂ ਅੱਗੇ ਵੀ ਤੁਹਾਡੇ ਪਹਿਲਾਂ ਪੱਤਰਕਾਰ ਸਾਹਿਬਾਨ ਨਾਲ ਗੱਲ ਕਰ ਰਿਹਾ ਸੀ ਤਾਂ ਮੈਂ ਉਦੋਂ ਵੀ ਉਹੀ ਗੱਲ ਕੀਤੀ ਕਿ ਜਿਹੜੀ ਚੰਗੀ ਸੁਬਾਣੀ ਹੁੰਦੀ ਨਾ ਘਰ ਦੇ ਉਹਨੂੰ ਪਤਾ ਹੁੰਦਾ ਕਿ ਜਦੋਂ ਮੀਂਹ ਪੈਣਾ ਮੈਂ ਤੇ ਉਹ ਕੋਠਾ ਨੇ ਨਾ ਤੂੜੀ ਤੇ ਗੋਵਾ ਪਾ ਕੇ ਲੰਬ ਲੈਂਦੀ ਆ ਇਹ ਅਨਾੜੀਆਂ ਦੀ ਸਰਕਾਰ ਸੀ ਜਿਨ੍ਹਾਂ ਨੂੰ ਇਸ ਚੀਜ਼ਾਂ ਬਾਰੇ ਪਤਾ ਹੀ ਕੁਝ ਨਹੀਂ ਸੀ ਵੀ ਕੀ ਆਫਤਾਂ ਆਉਣੀਆਂ ਨੇ ਤੇ ਕੀ ਉਹਦਾ ਪ੍ਰਬੰਧ ਕਰਨੇ ਚਾਹੀਦੇ ਨੇ ਕਿਉਂਕਿ ਜਿੰਨੀਆਂ ਵੀ ਪਹਿਲੀਆਂ ਸਰਕਾਰਾਂ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੌਰਵਵਾਸੀ ਉਹਨਾਂ ਨੇ ਸਾਰੇ ਪ੍ਰਬੰਧ ਪਹਿਲਾਂ ਕੀਤੇ ਹੁੰਦੇ ਸੀ ਚਾਹੇ ਉਹ ਡਰੇਨ ਸੀ ਉਹਨਾਂ ਨੂੰ ਖਲਵਾਇਆ ਹੁੰਦਾ ਸੀ ਸੱਕੀ ਨਾਲੇ ਜਾਂ ਜਿੰਨੇ ਹੋਰ ਸਾਰੇ ਪ੍ਰਬੰਧ ਸਾਰੀਆਂ ਟੀਮਾਂ ਸਾਰਾ ਕੁਝ ਤਿਆਰ ਹੁੰਦਾ ਸੀ ਤੇ ਕੁਦਰਤ ਦੀ ਮਾਰ ਪੈਣ ਤੋਂ ਪਹਿਲਾਂ ਪਹਿਲਾਂ ਸਾਰੀਆਂ ਚੀਜ਼ਾਂ ਸੰਭੀਆਂ ਜਾਂਦੀਆਂ ਸੀ ਪਰ ਜੋ ਹਾਲਾਤ ਹੁਣ ਬਣ ਗਏ ਨੇ ਮੇਰਾ ਖਿਆਲ ਹੈ ਕਿ ਚਾਰ ਛਫੇਰੇ ਇੰਨੀ ਜਿਆਦੀ ਤਬਾਹੀ ਹੋ ਚੁੱਕੀ ਆ ਫਸਲਾਂ ਦੀ ਕਿ ਜ਼ਮੀਂਦਾਰ ਦਾ ਲੱਕ ਟੁੱਟ ਗਿਆ ਲੋਕਾਂ ਦੇ ਘਰ ਜਿਹੜੇ ਨੇ ਬੜੀ ਮਿਹਨਤ ਨਾਲ ਬਣਾਏ ਉਹ ਰੁੜ ਗਏ ਸਮਾਨ ਕੀਮਤੀ ਰੁੜ ਗਿਆ ਤੇ ਜਿਹੜੇ ਧੀਆ ਪੁੱਤਾਂ ਵਾਂਗੂ ਪਾਲੀ ਦੀ ਫਸਲ ਆ ਚਾਹੇ ਉਹ ਝੋਨਾ ਚਾਹੇ ਉਹ ਕਮਾਦ ਉਹ ਬਿਲਕੁਲ ਸਾਰਾ ਤਬਾਹ ਹੋ ਗਿਆ ਕਈ ਦੇ ਪਿੰਡਾਂ ਦੇ ਵਿੱਚ ਲੋਕਾਂ ਨੇ ਦੋ ਦੋ ਵਾਰੀ ਝੋਨਾ ਲਾ ਲਿਆ ਸੀ ਤੇ ਸਾਰੀ ਦੀ ਸਾਰੀ ਫਸਲ ਲੋਕਾਂ ਦੀ ਤਬਾਹ ਹੋ ਗਈ ਆ ਮੇਰਾ ਖਿਆਲ ਹੈ ਕਿ ਸਾਡਾ ਹਲਕਾ ਡੇਰਾ ਬਾਬਾ ਆਨੰਗ ਜਿਹੜਾ ਵਿੱਚ ਘੜੋਂ ਘੱਟ 2.5 ਤੋਂ 3000 ਏਕੜ ਜਿਹੜਾ ਆ ਰਕਬਾ ਜਿਹੜਾ ਉਹ ਉਹਦੀ ਫਸਲ ਬਰਬਾਦ ਹੋ ਚੁੱਕੀ ਆ ਇੱਥੇ ਸਾਡੇ ਜਿਹੜੇ ਬਹੁਤੇ ਜ਼ਿਮੀਂਦਾਰ ਨੇ ਉਹ ਗੰਨੇ ਦੀ ਕਾਸ਼ਤ ਕਰਦੇ ਨੇ ਇਸ ਵਾਸਤੇ ਉਹ ਠੀਕ ਹੈ ਤੇ ਗੰਨੇ ਦਾ ਜਿਹੜਾ ਖਰਚਾ ਵਾ ਲਵਾਈ ਇੰਨੀ ਕੁ ਜ਼ਿਆਦਾ ਮਹਿੰਗੀ ਪੈਂਦੀ ਆ ਕਿ ਘੱਟੋ ਘੱਟ 35 ਤੋਂ 40000 ਰੁਪਇਆ ਇੱਕ ਏਕੜ ਦਾ ਨੁਕਸਾਨ ਉਹਦਾ ਤੇ ਜਿਹੜੀ ਝੋਨੇ ਦੀ ਫਸਲ ਆ 4000 ਰੁਪਇਆ ਲਵਾਈ ਆ ਉਹਨੂੰ ਡੀਜ਼ਲ ਦਾ ਖਰਚਾ ਬਾਕੀ ਖਾਦਾਂ ਪਈਆਂ ਪਨੀਰੀ ਸਾਰਾ ਕੁਝ ਦੋ ਦੋ ਵਾਰੀ ਲੋਕਾਂ ਨੇ ਲਾ ਲਿਆ ਤਾਂ ਘੜੋ ਘੜ ਇੱਕ ਕਿਸਾਨ ਦਾ 20-20000 ਰੁਪਏ ਥੱਲੇ ਆ ਗਿਆ ਤੇ ਜਿਹੜੀ ਏਡੀ ਵੱਡੀ ਮਾਰ ਪੈ ਜਾਣੀ ਆ ਤੇ ਸਾਡੇ ਮੰਤਰੀ ਸਹਿਬਾਨ ਆਉਂਦੇ ਨੇ ਉਹ ਪਜਾਮੇ ਟੰਗ ਕੇ ਕੁਝ ਪਾਣੀ ਚ ਫੋਟੋ ਖਿਚਾ ਕੇ ਚਲੇ ਜਾਂਦਾ ਕੁਝ ਜੀਸੀਬੀ ਅੱਗੇ ਫੋਟੋ ਖਿਚਾ ਕੇ ਚਲੇ ਜਾਂਦਾ ਮੁਰਕੇ ਕੋਈ ਜਾ ਕੇ ਡ੍ਰੈੰਗ ਰੂਮ ਦੇ ਵਿੱਚ ਜਾ ਕੇ ਬਹਿ ਕੇ ਆਪਣੀ ਫੋਟੋ ਪਾਉਂਦਾ ਜੀ ਮੇਰੇ ਪੈਰ ਲਿਬੜੇ ਨੇ ਲੋਕਾਂ ਨੂੰ ਤੁਹਾਡੇ ਨਾਲ ਪਜਾਮਿਆਂ ਦੇ ਨਾਲ ਫਰਕ ਪੈਣਾ ਨਾ ਤੁਹਾਡੇ ਪੈਰਾਂ ਦੇ ਨਾਲ ਫਰਕ ਪੈਣਾ ਕਮ ਸੇ ਕਮ ਕੋਈ ਜ਼ਮੀਨੀ ਪੱਧਰ ਤੇ ਆ ਕੇ ਕੋਈ ਲੋਕਾਂ ਨੇ ਅਨਾਉਂਸਮੈਂਟ ਤੇ ਕਰੋ ਹਾਲੇ ਤੱਕ ਕੋਈ ਅਨਾਉਂਸਮੈਂਟ ਕੋਈ ਨਹੀਂ ਕੀਤੀ ਆਉਂਦੇ ਨੇ ਬਸ ਠੀਕ ਬਾ ਠੀਕ ਆ ਜੀ ਪਾਣੀ ਉਤਰ ਰਿਹਾ ਜੀ ਪਾਣੀ ਚੜ ਰਿਹਾ ਜੀ ਲੋਕਾਂ ਨੂੰ ਖੜ ਰਹੇ ਨੇ ਪਰ ਜਿਹੜਾ ਲੋਕਾਂ ਦਾ ਲੱਕ ਟੁੱਟ ਗਿਆ ਤੇ ਜਿਹੜੀ ਆਤਕ ਜਿਹੜੀ ਸਥਿਤੀ ਖਤਮ ਹੋ ਚਲੀ ਉਹਦਾ ਕੀ ਕਰਾਂਗੇ ਆਪਾਂ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਹੋਇਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਵਾਸਤੇ ਕੋਈ ਰਾਹਤ ਦਾ ਪੈਕੇਜ ਐਲਾਨ ਕਰੋ ਤਾਂ ਕਿ ਲੋਕਾਂ ਨੂੰ ਕੋਈ ਆਸਤਰਵਾਸ ਹੋਵੇ ਕਿ ਗਾਂ ਉਹਨਾਂ ਨੇ ਦੁਬਾਰਾ ਇਹਦਾ ਕੰਮ ਸ਼ੁਰੂ ਕਰਨਾ ਮੁਆਵਜ਼ਾ ਕਿੰਨਾ ਚਾਹੀਦਾ ਤੁਸੀਂ ਮੰਨਦੇ ਹੋ ਕਿੰਨਾ ਮੈਂ ਖੜੋ-ਖੜ ਕਿੰਨਾ ਕਿ ਖੜੋ-ਖੜ ਲੋਕਾਂ ਨੂੰ 50000 ਰੁਪਏ ਜਿਹੜਾ ਕਿਲੇ ਦਾ ਮੁਆਵਜ਼ਾ ਦੇਣਾ ਚਾਹੀਦਾ ਕਿਉਂਕਿ ਜਿਹੜੀ ਫਸਲ ਹੈ ਨਾ ਜੀ ਹੁਣ ਝੋਨਾ ਭਾਵੇਂ ਹੁਣ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਕਿਉਂਕਿ ਜਿੰਨੀ ਉੱਤੇ ਆ ਕੇ ਪੈਲੀਆਂ ਦੇ ਵਿੱਚ ਰਿਬ ਜ ਨੂੰ ਕਹਿੰਦੇ ਅਸੀਂ ਪੰਜਾਬੀ ਇੱਥੇ ਰਿਬ ਕਹਿੰਨੇ ਆ ਉਹਨੂੰ ਉਹ ਜਿਹੜੀ ਰਿਬ ਚੜ ਜਾਣੀ ਆ ਨਾ ਉਹਨੇ ਫਸਲ ਹੋਣ ਹੀ ਨਹੀਂ ਦੇਣੀ ਤੇ ਜਿਹੜੇ ਜ਼ਿਮੀਂਦਾਰ ਵਿਚਾਰਾ ਕੋਈ 1 ਏਕੜ ਵਾਲਾ ਕੋਈ 2 ਏਕੜ ਵਾਲਾ ਉਹਨਾਂ ਜਿੱਥੋਂ ਇੱਥੋਂ ਹੀ ਕਮਾ ਕੇ ਖਾਣਾ ਸੀ ਉਹਦਾ ਤਾਂ ਸਾਰਾ ਕੋਈ ਤਬਾਹ ਹੋ ਗਿਆ ਨਾ ਤੇ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਸਰਕਾਰ ਜੀ ਜਾਗੋ ਫੋਟੋਆਂ ਖਿਚਾਉਣੀਆਂ ਬੰਦ ਕਰੋ ਤੇ ਲੋਕਾਂ ਨੂੰ ਆ ਕੇ ਹਕੀਕਤ ਦੇ ਵਿੱਚ ਕੋਈ ਨਾ ਕੋਈ ਦੋ ਤਾਂ ਕਿ ਲੋਕੀ ਤੁਹਾਡੇ ਤੇ ਬੜੀ ਆਸ ਹੈ ਲੋਕਾਂ ਨੂੰ ਕਿਉਂਕਿ ਸਰਕਾਰ ਜਿਹੜੀ ਹੁੰਦੀ ਹੈ ਸਮੇਂ ਦੀ ਉਹਤੇ ਲੋਕਾਂ ਨੂੰ ਬੜੀ ਆਸ ਹੁੰਦੀ ਹੈ ਤੇ ਮੈਂ ਇਹਨਾਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਲੋਕਾਂ ਦੀ ਆ ਕੇ ਬਾਹ ਫੜੋ ਤਾਂ ਧੰਨਵਾਦ ਜੀ ਰਵੀਕਰਨ ਸਿੰਘ ਕਾਲੋਂ 50000 ਪ੍ਰਤੀ ਏਕੜ ਜਿਹੜੀ ਮੰਗ ਕੀਤੀ ਹੈ ਦੱਸਣਾ ਚਾਹੁੰ ਕਮਾਦ ਜਿਵੇਂ ਕਾਲੋ ਸਾਹਿਬ ਨੇ ਦੱਸਿਆ ਕਿ ਇਸ ਪਾਸੇ ਜਿਹੜੀ ਕਮਾਦ ਦੀ ਫਸਲ ਵੀ ਕਾਫੀ ਹੁੰਦੀ ਹੈ ਤੇ ਦੂਸਰੀ ਫਸਲ ਵੀ ਜਿਹੜੀ ਹੈ ਝੋਨੇ ਦੀ ਕਾਫੀ ਹੁੰਦੀ ਹੈ ਤਾਂ ਇਹ ਤਸਵੀਰਾਂ ਨੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਗਗਨਦੀਪ ਸ਼ਰਮਾ ਦਿਨਕ ਸੂਰਾ ਟੀਵੀ ਗਰਦਾਸਪੁਰ